ਾਰੇ ਬੱਚਿਓ ਸਸ਼ੇਕਾਲ ਤੁਸ ਸਭ ਦਾ ਸਵਾਗਤ ਕਰਦਾ ਹਾਂ ਅੱਜ ਦੀ ਵੀਡੀਓ ਵਿੱਚ ਅੱਜ ਮੈਂ ਤੁਸਮ ਨੂੰ ਕਰਨ ਚਾਰੀ ਹਾਂ ਮਾਨ ਪਹਾਉਂ ਦਾ ਸ਼ੁਗਲ ਦੇ ਉੱਤੇ ਇਹ 100 ਸ਼ਬਦਾਂ ਦਾ 에ਸੇ ਤਾਂ ਇਹ ਤਾਂ ਹੁਣ ਤੁਹਾਡੀ ਛੁੱਟੀਆਂ ਦੇ ਕੰਮ ਵਿੱਚ ਕਈ ਬੱਚਿਆਂ ਨੂੰ ਮਿਲਿਆ ਹੋਵੇਗਾ ਉੰਜ ਅਤੇ ਨਾਲ ਵੀ ਤੁਹਾਡੀ ਨੌਲੇਜ ਲਈ ਵੀ ਇਹ ਬਹੁਤ ਹੀ ਚੰਗਾ ਹੈ ਤਾਂ ਜੇ ਤੋ ਹਣੀ ਹਸ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਕਰ ਦੋ ਨਾਲ ਕਰ ਦੋ ਇਸ ਵੀਡੀਓ ਨੂੰ ਲਾਈਕ ਉਸ ਬੈਲ ਆਈਕਨ ਨੂੰ ਵੀ ਨਾਲ ਪ੍ਰੈਸ ਕਰ ਦਿਓ ਤਾਂ ਕਿ ਤੁਹਾਨੂੰ ਮੇਰੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲੇ ਉਸ ਦੇ ਨਾਲ ਹੀ ਜੇ ਤੁਹਾਨੂੰ ਕੋਈ ਵੀ ਛੁੱਟੀਆਂ ਦਾ ਕੰਮ ਹੋਵੇ ਜੋ ਤੁਸੀਂ ਚਾਹੁੰਦੇ ਹੋ ਕਿ ਤੁਹਾਤੋਂ ਨਾ ਹੋ ਰਿਹਾ ਹੋਵੇ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਵਿੱਚ ਦੱਸ ਸਕਦੇ ਹੋ ਮੈਂ ਤੁਹਾਡੇ ਲਈ ਉਹ ਐਸੇ ਪ੍ਰੋਜੈਕਟ ਆਦਿ ਸਭ ਕੁਝ ਕਰਨ ਦੀ ਕੋਸ਼ਿਸ਼ ਕਰਾਂਗਾ ਚਲੋ ਹੁਣ ਆਪਾਂ ਸ਼ੁਰੂ ਕਰਦੇ ਹਾਂ ਸ਼ੁਗਲ ਤੋਂ ਭਾਵ ਹੈ ਕਿਤੇ ਤੋਂ ਇਲਾਵਾ ਵੇਲੇ ਸਮੇਂ ਕਿਸੇ ਹੋਰ ਰੁਝੇਵੇਂ ਵਿੱਚ ਗੁਜ਼ਾਰਨਾ ਸ਼ੁਗਲ ਮਨ ਪਰ ਚਾਵੇ ਲਈ ਹੁੰਦਾ ਹੈ ਇਸ ਨੂੰ ਅਪਣਾਉਣਾ ਕੋਈ ਬੰਦਾ ਨਹੀਂ ਹੁੰਦਾ ਕਈ ਲੋਕ ਆਪਣੇ ਕੰਮ ਨੂੰ ਹੀ ਸ਼ੁਗਲਵਾੰਗ ਕਰਦੇ ਹਨ ਸ਼ੁਗਲ ਅਸਲ ਵਿੱਚ ਆਨੰਦ ਪ੍ਰਾਪਤ ਕਰਨ ਲਈ ਹੁੰਦਾ ਹੈ ਉਹ ਆਪਣੇ ਕਿਤੇ ਵਿੱਚੋਂ ਵੀ ਮੰਨਿਆ ਜਾ ਸਕਦਾ ਹੈ ਅਤੇ ਹੋਰ ਰੂਜੇਵੇਂ ਤੋਂ ਵੀ ਅਸਲ ਗੱਲ ਤਾਂ ਇਹ ਹੈ ਕਿ ਇਨਸਾਨ ਨੂੰ ਵੇਲਾ ਨਹੀਂ ਰਹਿਣਾ ਚਾਹੀਦਾ ਪੁਰਾਣੇ ਸਮੇਂ ਵਿੱਚ ਵੀ ਲੋਕ ਆਪਣੇ ਕੀਤਾ ਤੋਂ ਇਲਾਵਾ ਖੇਡਾਂ ਖੇਡਦੇ, ਸ਼ਿਕਾਰ ਖੇਡਦੇ, ਪਹਿਲਵਾਨੀ ਕਰਦੇ, ਕਾਰੀਗਰੀ ਆਦਿ ਸ਼ੁਗਲ ਕਰ ਸ਼ੁਗਲ ਰੱਖਦੇ ਸਨ। ਅੱਜ ਕੱਲ੍ਹ ਵੀ ਲੋਕ ਆਪਣੇ ਵਿਹਲੇ ਸਮੇਂ ਨੂੰ ਬਾਗਬਾਨੀ, ਪੁਸਤਕਾ ਪੜਨ, ਚਿੱਤਰਕਾਰੀ, ਟਿਕਟਾ ਇਕੱਠੀਆਂ ਕਰਨੀਆਂ ਤੇ ਘਰਾਂ ਦੀ ਸਜਾਵਟ ਲਈ ਵਰਤਦੇ ਹਨ। ਇਸ ਨਾਲ ਮਨ ਖੁਸ਼ ਰਹਿੰਦਾ ਹੈ। ਤੇ ਸਰੀਰ ਵੀ ਤੰਦਰੁਸਤ ਰਹਿੰਦਾ ਹੈ ਸ਼ੁਗਲ ਵਿੱਚ ਇਹ ਵਿਅਕਤੀ ਦਾ ਸਮਾਜ ਚੰਗਾ ਬੀਤਦਾ ਹੈ ਕਈ ਵਾਰ ਲੋਕ ਸ਼ੁਗਲ ਵਿੱਚ ਆਰਥਿਕ ਲਾਭ ਵੀ ਕਮਾਉਂਦੇ ਹਨ ਵਿਦਿਆਰਥੀ ਵੀ ਆਪਣੇ ਵੇਲੇ ਸਮੇ ਦਾ ਪ੍ਰਯੋਗ ਕਰਕੇ ਆਪਣੀ ਛੁਪੀ ਹੋਈ ਕਲਾ ਬਾਹਰ ਕੱਢ ਮੁਕਦੇ ਹਨ ਬਹੁਤ ਸਾਰੇ ਵਿਦਿਆਰਥੀਆਂ ਵਿੱਚ ਚਿੱਤਰਕਾਰੀ ਪੇਂਟਿੰਗ ਗਾਣਾ ਅਤੇ ਆਧ ਹੋਰ ਕਲਾਵਾਂ ਹੁੰਦੀਆਂ ਹਨ ਅਧਿਆਪਕ ਅਤੇ ਮਾਪਿਆਂ ਨੂੰ ਬੱਚਿਆਂ ਦੇ ਗੁਣਾਂ ਨੂੰ ਪਛਾਣ ਕੇ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਪਿਆਰੇ ਬੱਚਿਓ ਅੱਜ ਦੀ ਵੀਡੀਓ ਦੇ ਨਾਲ ਹੀ ਮੈਂ ਤੁਹਾਨੂੰ ਸਭ ਨੂੰ ਮਿਲੂੰਗਾ ਅਗਲੀ ਵੀਡੀਓ ਵਿੱਚ ਇਸ ਸੈਨ ਨੂੰ ਫਿਰ ਦੇਖਣ ਦੇ ਲਈ ਧੰਨਵਾਦ